नमस्कार, प्राइम न्यूज 24 में आपका स्वागत है। मैं हूं अग्रिमा जादौन। कोरोना काल की वजह से लॉकडाउन ने सभी के कामकाज को ठप करके रख दिया है। चाहे वो कोई भी वर्क क्यों ना हो, लेकिन उन लोगों के लिए बहुत मुश्किल बनी हुई है जो अपने घर का गुजारा मेहनत करके करता है। जिला गुरदासपुर में रिक्शा चालक इतने मजबूर हुए हैं कि वो सरकारों को कोस रहे हैं और कह रहे हैं कि गरीब को ऐसे ही मार दिया जाए, क्योंकि सुबह घर से रिक्शा लेकर निकलते हैं और शाम को कोई 50 और कोई 60 रुपए लेकर घर आता है। इतने पैसों से घर का गुजारा किस तरह हो सकता है? वीकेंड लॉकडाउन चलते समय लोग बसों में सफर भी बहुत कम करते हैं, लेकिन कारण ज्यादा सरकारी बसें ही अपने टाइम पर चलती हैं, जिसके कारण रिक्शा चालक को सवारी भी नहीं मिलती और कोई बार तो घर सुबह से लेकर शाम तक बिना पैसे कमाए जाना पड़ता है। किसी भी घर का खर्च 100 रुपए से नहीं चलता, 50 रुपए का 1 किलो दूध ही आ जाता है तो बाकी जरूरतें कैसे पूरी हों। इसलिए सरकार को हमारी हाथ जोड़कर विनती है कि लॉकडाउन खत्म किया जाए और छोटे रूट की बसें भी शुरू की जाएं, ताकि सवारी निकल सकें और हम भी अपने परिवार का पालन पोषण कर सकें। प्राइम न्यूज 24 के लिए गुरदासपुर से जतिंदर कुंडल की रिपोर्ट। कहीं अच्छा वो नहीं, हाड़ी जाड़ी के लगती कि नहीं लगती, कदे 20 बंदे हैं, कदे 30 बंदे, कदे 100 भी नहीं बंदा। हां जूं दा प्रोग्राम चलता पिया लॉकडाउन दा, हां ते इन खोला जाए तो मिनी बसा चलन, लोगों ने कारवाई चले, रेल गड्डियां चलन, हां आओ जाई वधेगी ते हाड़ा भी ਗਰਮੀਆਂ ਚੱਲ ਜਾ ਰਹੇ ਹੈ। ਬਿਮਾਰੀ ਵੀ ਜ਼ਿਆਦਾ ਫੈਲੇਗੀ? ਬਿਮਾਰੀ ਕੋਈ ਨਹੀਂ ਫੈਲੇਗੀ, ਬਿਮਾਰੀ ਕੋਈ ਹੈ ਨਹੀਂ, ਸਿਰਫ ਆਪਣਾ ਢੇਡ ਚਾਲ ਬਣਾ ਕੇ ਬਣਾ। ਸਿਰਫ ਜੀ ਪ੍ਰਸ਼ਾਸਨ ਨੇ ਤੇ ਇੱਕ ਡਾਕਟਰ ਨੇ ਟਾਈਮ ਵਾਰ ਨਹੀਂ ਰੋਟੀ ਦਾ ਸਾਧਨ ਮਦਾ ਲਿਆ, ਕੋਈ ਨਹੀਂ ਜੀ। ਜਿੰਨੂੰ ਕਹਿੰਦੇ ਮੈਨੂੰ ਉਹ ਕੀ ਕਹਿੰਦਾ, ਕਹਿੰਦੇ ਕਰੋਨਾ ਜਿਹਨੂੰ ਕਹਿੰਦਾ, ਸਾਠ ਕਹਿੰਦਾ, ਲੱਤਾਂ ਬਾਹਾਂ ਫੁੱਲਦੀਆਂ ਹੋਈਆਂ, ਹੈਂ ਉਹਨੂੰ ਗਰਮ ਪਾਣੀ ਕਰਕੇ ਲੂਣ ਪਾਣੀ ਪਾ ਕੇ ਦਿੱਤਾ ਜਾਏ, ਉਹਦਾ ਸਰੀਰ ਖੁੱਲੇਗਾ, ਉਹਦੀ ਸਾਹਾਂ ਨਹੀਂ ਖੁੱਲਣੀਆਂ, ਬਲਕਿ ਬਾਹਰ ਆਏਗੀ। ਦੇਖੋ ਜੀ, ਲੋਕਡਾਊਨ ਦੇ ਦੌਰਾਨ ਜਿਹੜੀ ਪੁਜੀਸ਼ਨ ਹੈ ਨਾ, ਸਾਰੇ ਮੇਰੇ ਵੀ ਇੱਥੇ ਰਕਸ਼ਿਆਂ ਵਾਲੇ ਖੜ੍ਹੇ ਨੇ। ਆਪਾਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹ ਸੋਚਦੇ ਹਾਂ ਕਿ ਯਾਰ ਆਪਾਂ ਆਪਣੇ ਬੱਚਿਆਂ ਵਾਸਤੇ ਰੋਟੀ ਕਿਸ ਤਰ੍ਹਾਂ ਪੈਦਾ ਕਰਨੀ ਹੈ। ਰਿਕਸ਼ਾ ਲੈ ਕੇ ਆਈਦਾ ਜੀ, ਜੇਕਰ ਸਵਾਰੀ ਕੋਲ ਆਪਾਂ 20 ਰੁਪਏ ਮੰਗੀਏ, ਸਵਾਰੀ ਸਾਨੂੰ 10 ਰੁਪਏ ਦਿੰਦੀ ਹੈ, ਉਹ ਵੀ 1 ਕਿਲੋਮੀਟਰ ਦੇ ਆ, ਠੀਕ ਹੈ ਜੀ। ਅੱਜ ਤੱਕ ਜਿੱਦਾਂ ਦਾ ਲੋਕਡਾਊਨ ਲੱਗਾ ਨਾ, ਸਾਡਾ ਮਾਹੀ ਇੱਕ ਕਿਸੇ ਰਿਕਸ਼ੇ ਵਾਲੇ ਦਾ 100 ਤੋਂ ਲੈ ਕੇ 50 ਰੁਪਏ ਤੱਕ ਮਾਹੀ ਕਿਸੇ ਦਾ ਬਣਿਆ ਹੋਵੇ, ਕਿਉਂਕਿ ਜਦੋਂ ਤੱਕ ਇੱਥੇ ਕੋਈ ਕਨਵੈਂਸ ਨਹੀਂ ਚੱਲੇਗੀ, ਬੱਸਾਂ ਨਹੀਂ ਚੱਲਣਗੀਆਂ, ਗੱਡੀਆਂ ਨਹੀਂ ਚੱਲਣਗੀਆਂ, ਪਿੰਡਾਂ 'ਚ ਲੋਕ ਆਉਣਗੇ ਨਹੀਂ, ਕੋਈ ਪੈਸਾ ਖਰਚੇਗੇ ਨਹੀਂ, ਤਾਂ ਸਾਡੇ ਵਾਸਤੇ ਬਹੁਤ ਮੁਸ਼ਕਲ ਦੀ ਗੱਲ ਹੈ। ਮੈਂ ਸਰਕਾਰਾਂ ਅੱਗੇ ਇਹੀ ਬੇਨਤੀ ਕਰਦਾ, ਤੁਸੀਂ ਜਿਹੜਾ ਲੋਕਡਾਊਨ ਦਾ ਝੰਮਲ ਝਵੇਲਾ ਜਿਹਾ ਪਾਇਆ ਨਾ, ਇਹਨੂੰ ਸਰਕਾਰ ਜਲਦ ਤੋਂ ਜਲਦ ਬੰਦ ਕਰੇ ਅਤੇ ਕਿਸੇ ਗਰੀਬ ਨੂੰ ਰੋਟੀ ਘਰ ਬਹਿ ਕੇ ਚੰਗੀ ਖਾਣ ਦੇਵੇ। ਹੋਰ ਆ ਜਾ ਕੇ ਗਰੀਬ ਕੋਲ ਕੀ ਹੈ ਜੀ, ਰੋਟੀ ਹੈ ਜੀ, ਹੋਰ ਤਾਂ ਬਹੁਤੀ ਕੋਈ ਐਡੀ ਗੱਲ ਨਹੀਂ ਹੈਗੀ। ਸਰਕਾਰ ਅੱਗੇ ਅਸੀਂ ਵਾਰ ਵਾਰ ਬੇਨਤੀ ਕਰਨਾ, ਹੱਥ ਜੋੜ ਕੇ ਬੇਨਤੀ ਕਰਨਾ ਕਿ ਕਾਰੋਬਾਰ ਚੱਲਣਾ ਚਾਹੀਦਾ, ਦੁਕਾਨਾਂ ਖੁੱਲ੍ਹਣ, ਸਭ ਕੁਝ ਹੋਵੇ, ਕਿਸੇ ਦੀ ਰੋਟੀ ਚੱਲਦੀ ਹੈ, ਔਰ ਬੱਸਾਂ ਜਿੰਨੀਆਂ ਮਿੰਨੀ ਬੱਸਾਂ ਚਲਾਈਆਂ ਜਾਣ, ਔਰ ਸਵਾਰੀ ਆਏਗੀ ਔਰ ਸਾਡਾ ਵੀ ਪੇਟ ਭਰੇਗਾ।